내게 높여소서. ਇੱਕ ਦਸਤਾ ਗਿਲ ਬਦਮਾਸ਼ਾਂ ਦਾ ਆਸ਼ ਮਰ ਖਿਆ ਮਾਤਮ ਕਰੋ ਉਹ ਆਸ਼ ਮਰ ਖਿਆ ਵਿੱਚ ਗਿਆ ਮੇਰੀ ਸੈਨਾ ਲੋਟੀ ਜੋ ਪੈ ਗਈ ਆਈ ਸ਼ਿਮਰ ਬਦਮਾਸ਼ ਲੈ ਕੇ ਸਾਡੇ ਘਰ ਉਜੜੇ ਇਸ ਰੰਗ ਵਿੱਚ ਹੈ
ਹੋਰ ਕੋਈ ਦੁਆ ਦੇ ਵਿੱਚ ਹੋਵੇ ਤੇ ਆਪਣੀ ਆਪਣੀ ਦੁਆ ਮੰਗਦੇ ਆਓ, ਮੈਂ ਥੋੜਾ ਨਹੀਂ ਪੜਦਾ। ਯਾਰ ਅਬਾਸ ਸਾਹਿਬ ਦੇ ਕੌਲਕੀ ਵਾਲਿਆਂ ਦੇ ਵਾਲਦਾ ਸਾਹਿਬਾਂ ਫੌਤ ਹੋ ਗਏ ਨੇ, ਮੁਸਾਫਰ ਸ਼ਾਮ ਦੇ ਰੁਲਣ ਦਾ ਵਾਸਤਾ, ਮੇਰੇ ਮਾਲਿਕ ਉਹਨਾਂ ਨੂੰ ਕਰਵਟ ਕਰਵਟ ਜਨਤ ਫਿਰਦਾ ਉਸ ਜਗ੍ਹਾ ਦਾ। ਹੋਰ ਕੋਈ ਦੁਆ ਹੋਵੇ ਆਪਣੀ ਆਪ ਮੰਗੋ, ਮਾਲਿਕ ਤੁਹਾਡੀ ਨਸਲਾਂ ਤੇ ਕਰਮ ਫਰਮਾਵੇ। ਤੁਰਦੀ ਏ ਮੇਰੇ ਪਾਸੇ ਵੇਖ ਰਹੇ ਹੋ, ਪਿਆਰ ਨਾਲ ਸੁਣਨਾ, ਜਿਵੇਂ ਮੈਂ ਮੁਹੱਬਤ ਨਾਲ ਤੁਹਾਡੀ ਨੌਕਰੀ ਦਿੱਤੀ, ਵੀਹ ਪੱਚੀ ਤੀਹ ਸਾਲ ਜਿਵੇਂ ਮੈਂ ਤੁਹਾਡੀ ਨੌਕਰੀ ਦਿੱਤੀ ਹੈ ਨਾ ਇਮਾਨਦਾਰੀ ਨਾਲ, ਮੈਨੂੰ ਇੰਝ ਇਮਾਨਦਾਰੀ ਨਾਲ ਸੁਣਨਾ। ਤੁਰਦੀ ਏ ਵੀਰ ਦੀ ਲਾਸ਼ ਤੋਂ ਤੇ ਮਜ਼ਲੂਮ ਦੀ ਲਾਸ਼ ਹੱਲ ਵੈਂਦੀ ਹੈ, ਆਵਾਜ਼ ਆਉਂਦਾ ਹੈ ਇਤਨੀ ਜਲਦੀ ਨਾ ਕਰ, ਪਹਿਲੇ ਮੇਰੀ ਲਾਸ਼ ਤੇ ਬੈਣ ਕਰ। ਇਹਦੀ ਜੁਰਤ ਦੀ ਮਾਲਿਕ ਆਈ ਮੇਰਾ ਕਰੋੜ ਕਰੋੜ ਸਲਾਮ। ਸਜਾਦ ਪੁੱਤਰ ਦੇ ਪਾਸੇ ਦੇਖ ਜਾਂਦੀ, ਸ਼ਿਮਰ ਕਮੀ ਨਾ ਕਰੀ ਖੜੋਤ ਹੈ, ਇਸ ਨੂੰ ਆਖ ਇਜਾਜ਼ਤ ਏ ਮੈਂ ਫਿਰਾਂ ਨੂੰ ਰੋਵਾਂ। ਕਿਤਨੀ ਮਜਬੂਰ ਭੇਣ ਹੋਵੇ ਨਾ ਅੱਲਾ ਦੀ ਕਾਇਨਾਤ ਚ, ਫਿਰਾਂ ਦੇ ਕਾਤਲ ਦੀ ਮਿੰਨਤਾਂ ਨਹੀਂ ਕਰੇਂਦੀ। ਜਿਹੜੇ ਵੇਲੇ ਮੇਰੇ ਮੁਹਾਰੀ ਇਮਾਮ ਆਖਿਆ ਨਾ ਮੇਰੀ ਫੁੱਫੀ ਭਈਆ ਦੀ ਇਜਾਜ਼ਤ ਏ ਮੈਂ ਲਾਸ਼ ਫਿਰਾਂ ਤੇ ਰੋਵਾਂ, ਇਹ ਕਮੀਨਾ ਇੱਕ ਪਾਸੇ ਮੂੰਹ ਕਰਕੇ ਆਦਾ, ਸਜਾਦ ਸਾਡੇ ਕੋਲ ਟਾਈਮ ਹੀ ਕੋਈ ਨਹੀਂ, ਅਸੀਂ ਥੱਕ ਗਏ ਹੋ ਸ਼ਰਮਾ ਕੇ ਰੋਂਦੇ, ਸਾਡੇ ਕੋਲ ਵਕਤ ਕੋਈ ਨਹੀਂ। ਉਸ ਵੇਲੇ ਸਜਾਦ ਦੇ ਪਾਸੇ ਦੇਖਿਆ ਵੀ ਕਮੀਨਾ ਦਾ ਟਾਈਮ ਕੋਈ ਨਹੀਂ, ਮੈਂ ਇਸ ਦੀ ਕੈਦ ਨਹੀਂ, ਮੈਂ ਫਿਰਾ ਦੀ ਮੁਹੱਬਤ ਚ ਜ਼ੇਵਰ ਪਾਇਆ। ਜੇ ਆਦੇ ਨਾ ਮੇਰੇ ਕੋਲ ਟਾਈਮ ਕੋਈ ਨਹੀਂ ਤੇ ਮੈਂ ਨਹੀਂ ਟੁਰਦੀ। ਉਸ ਵੇਲੇ ਕਮੀਨਾ ਸਜਾਦ ਦੇ ਪਾਸੇ ਦੇਖ ਕੇ ਅਗਰ ਫੁੱਫੀ ਨੂੰ ਆਖ ਵਕਤ ਥੋੜਾ ਹੈ, ਫਿਰਾ ਦੀ ਲਾਸ਼ ਤੇ ਇੱਕ ਵੈਣ ਕਰ ਲਵੇ, ਤੁਸਾਂ ਨਾ ਸਮਝ ਸੋ ਤੇ ਮੈਨੂੰ ਪਰੇਸ਼ਾਨੀ ਨਾ ਹੋ ਸੀ। ਅਗਰ ਮਾਵਾਂ ਭੇੜਾ ਧੀਆਂ ਇਸ ਲਫ਼ਜ਼ ਨੂੰ ਨਾ ਸਮਝਿਆ ਫਿਰ ਮੈਨੂੰ ਪਰੇਸ਼ਾਨੀ ਹੋ ਸੀ। ਭੇਣ ਭਲਾ ਇੱਕ ਵੈਣ ਨਾਲ ਰਜਦੀ ਹੈ, ਬੋਲੋ, ਕਦੀ ਨਹੀਂ ਰਜਦੀ। ਭੇਣ ਅੱਲਾ ਨਾ ਕਰੇ ਸਭ ਤੋਂ ਪਹਿਲੇ ਆਉਂਦੀ ਹੈ, ਤੇ ਮਈਅਤ ਤੇ ਜਿੱਥੇ ਵੱਖਰੇ ਵੈਣ ਹੋਵੇ ਨਾ ਹਰ ਕਿਸੇ ਨੂੰ ਪਤਾ ਹੁੰਦਾ ਹੈ ਇਹ ਫਿਰਾਦ ਰੋਣ ਵਾਲੀ ਭੇਣ ਜਿਹੜੀ ਵੱਖਰੇ ਵੈਣ ਕਰਦੀ ਹੈ ਨਾ ਵੀਰ ਦੀ ਲਾਸ਼ ਤੇ, ਉਹ ਰਿਸ਼ਤਾ ਹੈ ਭੇਣ ਦਾ। ਆਦਾ ਇੱਕ ਵੈਣ ਦੀ ਇਜਾਜ਼ਤ ਹੈ ਫਿਰਾਂ ਦੇ ਕਰੀਬ ਹੋ ਗਈ ਹੈ, ਇੱਥੇ ਅਗਰ ਤਵੱਜੋ ਰਹੀ ਤੇ ਸਾਰਿਆਂ ਦੀ ਮਦਦ ਹੋਵੇ ਸੀ। ਫਿਰਾਂ ਦੇ ਕਰੀਬ ਹੋ ਗਈ ਅਦੀ ਇੱਕ ਵੈਣ ਦੀ ਇਜਾਜ਼ਤ ਮਿਲਦੀ ਆ, ਦੱਸਾਂ ਮੈਂ ਤੈਨੂੰ ਕੀ ਆਖ ਕੇ ਰੋਵਾਂ। ਮਜ਼ਲੂਮ ਦੀ ਲਾਸ਼ ਤੜਪੀ ਆਵਾਜ਼ ਹੈ ਮੈਂ ਬੜਾ ਮਸ਼ਹੂਰ ਹੋ ਗਈ, ਮੈਂ ਸਾਰੀ ਕਾਇਨਾਤ ਤੋਂ ਵੱਧ ਗਿਆ, ਮੈਂ ਨਬੀਆਂ ਤੋਂ ਵੱਧ ਗਿਆ, ਜਿਵੇਂ ਦਿਲ ਆ ਵੀ ਮੇਰੀ ਲਾਸ਼ ਤੇ ਰੋ। ਉਸ ਵੇਲੇ ਫਿਰਾਂ ਦੇ ਪਾਸੇ ਦੇਖ ਕੇ ਅਦੀ ਮੇਰਾ ਤੇ ਅੱਜ ਦਿਲ ਇੰਝ ਪਿਆ ਕਰਦਾ ਹੈ, ਮੈਂ ਖੁੱਲ੍ਹੇ ਵਾਲਾਂ ਦੇ ਨਾਲ ਇਹਨਾਂ ਜ਼ਖਮੀ ਹੱਥਾਂ ਦੇ ਨਾਲ ਇਸ ਸਹਿਰਾ ਵਿੱਚ ਉੱਚਾ ਬੈਣ ਕਰਕੇ ਆਖਾਂ, ਲੋਗੋ ਮੈਂ ਗਰੀਬ ਦੀ ਭੇਣ। ਸੁਣ ਲਿਆ ਜੀ, ਉਸ ਵੇਲੇ ਮਜ਼ਲੂਮ ਕਰਬਲਾ ਦੀ ਆਵਾਜ਼ ਆਈ, ਫਿਰਾਂ ਕਿਤਨੇ ਗਰੀਬ ਹੋ ਜਾਵੇ, ਭੇੜਾ ਗਰੀਬ ਨਹੀਂ ਛੱਡਦੀ ਆ। ਮੈਨੂੰ ਅਲੀ ਅਕਬਰ ਦਾ ਬਾਬਾ ਆ ਕੇ ਰੋ, ਕਾਸਿਮ ਦਾ ਚਾਚਾ ਆ ਕੇ ਰੋ, ਜੇ ਇੰਜ ਨਾ ਰੋਣਾ ਹੋਵੇ ਤੇ ਮੇਰੀ ਵਿਛੜੀ ਧੀ ਸੁਗਰਾ ਦਾ ਬਾਬਾ ਆ ਕੇ ਰੋ, ਜੇ ਇੰਜ ਵੀ ਪੱਥਰ ਦਾ ਦਿਲ ਹੋਵੇ ਮੇਰੇ ਪਾਸ ਦੇਖੀ, ਜੇ ਇੰਜ ਵੀ ਨਾ ਰੋਣਾ ਹੋਵੇ ਤੇ ਮੈਨੂੰ ਟੀਕਰ ਦੀ ਯਤੀਮ ਸਕੀਨਾ ਦਾ ਬਾਬਾ ਆ ਕੇ ਰੋ, ਜੇ ਇੰਜ ਵੀ ਨਾ ਰੋਣਾ ਹੋਵੇ ਮੇਰੀ ਫੇਰ ਤੇ ਇਸ ਸਹਰਾ ਵਿੱਚ ਉੱਚਾ ਬੈਠ ਕਰਕੇ ਆਖ, ਮੈਨੂੰ ਨਵਾਬੇ ਕਰਬਲਾ ਦੀ ਨਵਾਬੇ ਕਰਬਲਾ ਆ ਕੇ ਰੋ, ਮੈਨੂੰ ਆਖ ਮੈਂ ਨਵਾਬੇ ਕਰਬਲਾ ਦੀ ਸ਼ਹਿਨਸ਼ਾਹ ਕਰਬਲਾ ਦੀ ਸੱਚੀ ਭੇਣ। ਜਿਹੜੇ ਵੇਲੇ ਨਵਾਬੇ ਕਰਬਲਾ ਦਾ ਨਾਮ ਆਇਆ ਨਾ ਤੇ ਸ਼ਹਿਨਸ਼ਾਹ ਕਰਬਲਾ ਦਾ ਨਾਮ ਆਇਆ, ਬਰਦਾਸ਼ਤ ਨਹੀਂ ਕਰ ਸਕੀ, ਖੜੀ ਖੜੋਤੀ ਫਿਰਾਂ ਦੀ ਮਈਅਤ ਤੇ ਛੱਡ ਪਈ ਹੈ ਤੇ ਆਦੀ ਅੱਖਾਂ ਖੋਲ ਤੇ ਵੇਖ ਨਵਾਬਾਂ ਦੀਆਂ ਭੇਣਾਂ ਲਾਸ਼ ਤੇ ਇੰਜਾਂ ਦੀਆਂ ਨੇ। ਅਲਮਾਨ ਅੱਲਾ ਪੁੱਤਰਾਂ ਦਾ ਕੋਈ ਗੱਲ ਨਾ, ਮੈਂ ਸੱਚ ਪਈਆਂ ਦੀਆਂ, ਮੈਂ ਗਰੀਬ ਦੀ ਭੇਣ। ਮੇਰੇ ਬਜ਼ੁਰਗੋ ਮੇਰੇ ਪਾਸੇ ਦੇਖਣਾ, ਉਹ ਲਫ਼ਜ਼ ਜਿਹੜਾ ਮੈਂ ਅੱਜ ਦੀ ਮਜਲਿਸ ਨੂੰ ਸੁਣਾਉਣਾ ਚਾਹਨਾ ਤੇ ਅੱਜ ਤੋਂ ਪਹਿਲੇ ਸਾਰੀ ਜ਼ਿੰਦਗੀ ਨਹੀਂ ਤੁਹਾਨੂੰ ਸੁਣਾਇਆ, ਮੈਂ ਉਹ ਸੁਣਾ ਕੇ ਤੇ ਦੋ ਵੈਣ ਕਰਨਾ ਚਾਹਨਾ। ਮੇਰੇ ਪਾਸ ਮੇਰੇ ਨਾਲ ਨਾਲ ਰਹਿਣਾ ਯਾਦ ਸਾਹਿਬ, ਮੇਰੇ ਉਸਤਾਦ ਮੁਹਤਰਮ, ਕਰਵਟ ਕਰਵਟ ਜੰਨਤ ਹੋਵੇ, ਬਾ ਸਜਾਦ ਹੁਸੈਨ ਸ਼ਾਹ ਸਾਹਿਬ ਕੁੱਲੇਵਾਲ ਅਵੇ, ਉਹ ਫਰਮੇਂਦੇ ਹੁੰਦੇ ਆ ਭਾਵੇਂ ਸ਼ਿਮਰ ਪੁੱਤਾ ਆਖਦਾ ਰਿਹਾ ਨਾ ਇੱਕ ਇੱਕ ਵੈਣ ਦੀ ਇਜਾਜ਼ਤ ਹੈ। ਫਰਮੇਂਦੇ ਹੁੰਦੇ ਇਬਨੇ ਖੁਲਦੂਨ ਤੋਂ ਲੈ ਕੇ ਇਬਨੇ ਕਸੀਰ ਤੱਕ ਸਾਰੇ ਮੁਰਰਿਖ ਇਤਫਾਕ ਰਾਏ ਨਾਲ ਲਿਖਦੇ ਨੇ,
بی زینب اس وقت تک بھرا دی لاش تو اٹھی نہیں جس وقت تک کرتے دا رنگ تبدیل نہیں. اجے بھی تو ماتم نہیں کیتا, اجے بھی تو ماتم نہیں کیتا. میں بسم اللہ پھر جنگلاں دے صفا, پہاڑاں دے صفا, ریگستان